ਇਹ ਕੱਲ ਮਿਤੀ 19/9/2022 ਨੂੰ ਸਾਡੇ ਸਬ ਇੰਸਪੈਕਟਰ ਸ਼ਿਵਰਾਜ ਸਿੰਘ, ASA ਦਿਲਵਾਰ ਸਿੰਘ ਅਤੇ ਹੋਰ ਮੁਲਾਜ਼ਮ ਚੈਕਿੰਗ ਦੇ ਸੰਬੰਧ ਵਿੱਚ ਰੇਲਵੇ ਸਟੇਸ਼ਨ ਰਾਜਪੁਰਾ ਮੌਜੂਦ ਸੀ। ਤਾਂ ਦੌਰਾਨੇ ਚੈਕਿੰਗ ਇੱਕ ਦਿਨੇਸ਼ ਜਾਟ ਨਾਮ ਦੇ ਲੜਕੇ ਪਾਸੋਂ 1.5 ਕਿਲੋਗ੍ਰਾਮ ਅਫੀਮ ਬਰਾਮਦ ਹੋਈ ਹੈ, ਜਿਸ ਨੂੰ ਅਰੈਸਟ ਕਰ ਲਿਆ ਗਿਆ ਅਤੇ ਇਸ ਪਾਸੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਵੀ ਇਹ ਅਫੀਮ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਦੇਣੀ ਸੀ ਅਤੇ ਇਸ ਧੰਦੇ ਵਿੱਚ ਇਸ ਨਾਲ ਹੋਰ ਕੌਣ ਕੌਣ ਦਾ ਸ਼ਾਮਲ ਹੈ, ਇਹਦੀ ਅਸੀਂ CDR ਵਗੈਰਾ ਕਢਾ ਕੇ ਇਹਦੀ ਜਾਂਚ ਕਰ ਰਹੇ ਹਾਂ। ਹਾਂਜੀ, ਹਾਲ ਤੱਕ ਤਾਂ ਇੱਕੋ ਬੰਦਾ ਅਰੈਸਟ ਹੈ, ਦਿਨੇਸ਼ ਜਾਟ, ਸਨ ਆਫ ਮਾਧੋ ਜਾਟ। ਇਹ ਪਿੰਡ ਹਿੰਗੋਰੀਆ, ਥਾਣਾ ਕੰਪਾਸਨ, ਜ਼ਿਲ੍ਹਾ ਚਿਤੌੜਗੜ੍ਹ, ਰਾਜਸਥਾਨ ਦਾ ਰਹਿਣ ਵਾਲਾ ਇਹ, ਅਤੇ ਇਸ ਪਾਸੋਂ 1.5 ਕਿਲੋਗ੍ਰਾਮ ਅਫੀਮ ਬਰਾਮਦ ਹੋਈ ਹੈ। ਹਾਂਜੀ ਹਾਂ, ਇਹਨੇ ਕਿਸੇ ਨੂੰ ਸਪਲਾਈ ਕਰਨੀ ਸੀ, ਕਿਸੇ ਬੰਦੇ ਨੂੰ ਸਪਲਾਈ ਕਰਨੀ ਸੀ, ਉਹਦੇ ਬਾਰੇ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਵੀ ਬੰਦਾ ਕੌਣ ਸੀ। ਉਹ ਜੀ ਅਸੀਂ ਰਿਕਾਰਡ ਦੇਖਾਂਗੇ, ਇਹਦੇ ਥਾਣੇ 'ਚ ਇਨਫੋਰਮੇਸ਼ਨ ਭੇਜ ਕੇ ਪਤਾ ਕਰਾਵਾਂਗੇ ਵੀ ਇਹਦੇ ਖਿਲਾਫ਼ ਪਹਿਲਾਂ ਕੋਈ ਮੁਕਦਮਾ ਦਰਜ ਹੈ ਕੀ, ਇਹਦੇ ਖਿਲਾਫ਼ ਪਿਛੋਕੜ ਕੀ ਹੈ। ਤਾਂ ਐਸ ਏ ਸ਼ਿਵਰਾਜ ਸਿੰਘ ਤਫਤੀਸ਼ ਕਰ ਰਹੇ ਨੇ ਅਤੇ ਜੋ ਵੀ ਹੈ ਅਮਲ 'ਚ ਲੈਂਦੀ ਜਾਊ ਪਹਿਲਾਂ।